ਬਲੈਕ ਕਮਾਂਡੋ ਨੂੰ ਪਈ ਹੋਈ ਕਬੱਡੀ ਆ ਦੇਖਦੇ ਆ ਕਿੰਨਾ ਹੁੰਦੀ ਆ ਟੱਕਰ ਆ ਦੇਖੋ ਅਗਲੀ ਲਾਸ ਬ੍ਰੇਕ ਨਹੀਂ ਛੱਡੇ ਨਾ ਉਹ ਕਹਿੰਦੇ ਬੁਰਗ ਦੇ ਸੰਡੇ ਦੀ ਲੱਤ ਫੜਨੇ ਨਹੀਂ ਛੱਡਦਾ ਕਦੇ ਘਾਬਰਿਆ ਵਗ ਤੋਂ ਉਹ ਅੱਗੇ ਵੀ ਜਾਂਟੀ ਲੱਗ ਗਿਆ ਉਹ ਜਾਨੀ ਜਾਟਾ ਸੰਤਾਰਣ ਦਾ ਸ਼ਿਕੰਦਾ ਇਹ ਆ ਨਨਕਾਣਾ ਸਾਹਿਬ ਕਬੱਡੀ ਪੂਰੇ ਚਾਰ ਜਾਫੀ ਲਾਲਾ ਅਲੀ ਜ਼ਫਰ ਕਬੋਲ ਲਗਾ ਲਾਲੇ ਜਾਬਰ ਕਬੋਲ ਦਾ ਛੋਟਾ ਵੀਰਾ ਇਸ ਵੇਲੇ ਮੇਰੇ ਵੀਰੋ ਪੂਰਾ ਗ੍ਰਸਤ ਮਜ਼ਬੂਤ ਕਰ ਗਿਆ ਕਹਿੰਦੇ ਆਈ ਰੋਤੇ ਸੁਗੋਫਿਆਂ ਵਾਲੀ ਆ ਗਿਆ ਮੈਦਾਨ ਦੇ ਵਿੱਚ ਜੈਰਾਮ ਸਾਜਦ ਭੱਟੋ ਆ ਦੇਖ ਜਰਾ ਆ ਸਪਾਈਡਰਮੈਨ ਲੱਗ ਗਿਆ ਈ ਸਪਾਈਡਰਮੈਨ ਅਬਦੁੱਲਾ ਫਿਰ ਕੇ ਪੁੱਤ ਦੇਖ ਵਿਰਕਾ ਦਾ ਜੱਫੇ ਤੇ ਖਲੋਤਾ ਈ ਸ਼ੇਰ ਦਾ ਇਹ ਬੱਚਾ ਤਾਂ ਸ਼ੇਰ ਦਾ ਇਹ ਪੋਤਾ ਈ ਇਹਦੇ ਕੋਲੋਂ ਡਰਦੇ ਨੇ ਬੜੇ 1 ਲੱਖ ਰੁਪਈਏ ਦਾ ਇਨਾਮ ਲੈਣ ਵਾਲਾ ਹਾਜੀ ਸੁਲਮਾਨ ਮੁਗਲ ਆਏ ਹਾਏ ਨਾਸਰ ਪਾਸ਼ਾ ਜੀ ਕਿ ਫੋਗੇ ਟੱਕ ਟੱਚ ਕਰ ਟੱਚ ਆਏ ਹਾਏ ਲੱਖ ਟੁੱਟ ਜੂ ਚਲੀ ਦਾ ਟਾਂਡਾ ਘੁੱਟ ਕੇ ਨਾ ਮਰੋੜ ਵੈਰੀਆ ਤੇ ਜ਼ਫਰ ਜੈਲੀ ਨੇ ਬਹੁਤ ਖੂਬਸੂਰਤ ਅੰਦਾਜ਼ ਨਾਲ ਗੁੰਡੀਆਂ ਮੁੱਛਾ ਦੇਖ ਜਰਾ ਆਏ अब्दुल्ला विरक ने पकड़ने की कोशिश की थी नहीं लबना लाल गुआचा मिट्टी ना फरोल जोगिया नहीं लबना लाल गुआचा मिट्टी ना फरोल जोगिया जे कहते जेम्स बॉन्ड ऑफ पाकिस्तान पाकिस्तान दे विच नौजवान खिलाड़ियों दे विचों इस वेले सब तो चढ़दी कला बहुत ही सियाणा दुबई बहरीन दे विच भी तुंबा पा के आया अरसलान वट्टू चल पाकिस्तान वापड़ा का नौजवान खिलाड़ी काले रंग का कच्छा दूसरे पासे अबैदुल्ला राजपूत अली जफर कंबो बलक राशा जफर चैनी ने चीन की कंध बनाई आए पॉइंट पानी डोल गई झांजर वाली ते कैंठे वाला तिलक गया पानी डोल गई झांजर वाली ते कैंठे वाला तिलक गया लैवी शहराम साजद भट्टो दी कबड्डी पाण तो पहले ही ताड़ी मार दो यह नौजवान खिलाड़ी आ जिन्हें पंजाब दे विच टूर्नामेंटां दे विच सब तो ज्यादा कबड्डियां पाईयां और जानी जट दे नाल हुई टक्कर जानी जट ते शहराम साजद भट्टो आए उठ फरीदा सुत्या तेरी दाढ़ी आया बूर अग्गा आ गया नेड़े ते पिछा रह गया दूर जी पारस जनाब अगली डेट जाकर राशिद जट राशिद जट आ गया ननकाणा साहब कबड्डी क्लब वालों शंभू भरोली होना दा साखी यार तारण हाजी खुर्शीद आलम संधू होना दी टीम है इरफान वाला टीम कोच ओदे जरा चैनी मोरे आ गया नासर पाशा साहब हाजी अब्बास चीमा होना दा खिडारी ए समय देख जरा ठल पौने दी कोशिश जट नु आ ताड़ी मारो जरा पुत जट दा दा धूड़ा जावे पट दा चल भी अगली रेट दे आ गया कलीम मुल्ला जट ओ आ गए जट मैदान दे विच कहंदा जट दी चढ़ाई चली जांदी नहीं ओ जग तो ओ दस भला शेर कदे घबरिया वग तो ओ अगे भी जट ही लग गया ओ जानी जट आ संतारण दा शिगिरद है ए आ ननकाणा साहब कबड्डी क्लब वाला मुंडा जानी जट आ संतारण दा शिगिरद इस वेले देख जट दी करारी अड़ी होई है जट ने इस वेले जट दे ही चक्के जाम कीते होए आ ताड़ियां मारो भाई जरा आजाद पारस इस जानी जट दी इस दफा जिहड़ी कनेडा टीम जानी है हाजी खुर्शीद आलम संधू साहब ने जानी जट दी भी उस टीम दे विच सिलेक्शन कीती होई है जी जी शाजी रंधावा हाँ जी शाजी रंधावा खेड़ मैदान ਦੇ ਵਿੱਚ ਪਹੁੰਚਾ ਹਾਂਜੀ ਸਲਮਾਨ ਮੁਗਲ ਹਾਂਜੀ ਸਲਮਾਨ ਮੁਗਲ ਔਰ ਸੈਫੁੱਲਾ ਜੱਟ ਔਰ ਨਮਾ ਨਮਾ ਵਿਆਹ ਹੋਇਆ ਮੁੰਡੇ ਦਾ ਔਰ ਜੱਟ ਦਾ ਨਮਾ ਨਮਾ ਵਿਆਹ ਹੋਇਆ ਪਰ ਭਾਈ ਅਥਰਾ ਘੋੜਾ ਇਹ ਨੁਕਰਾ ਘੋੜਾ ਮੁੰਡਾ ਹਾਂਜੀ ਸਲਮਾਨ ਮੁਗਲ ਪੁਆਇੰਟ ਦਾ ਵਾਅਦਾ ਕੀਤਾ ਜੀ ਵਹੀ ਸਾਹਿਬ ਲਓ ਅਗਲੀ ਕਬੱਡੀ ਪਾਉਣ ਦੇ ਵਾਸਤੇ ਨੌਜਵਾਨ ਬਲਾਲ ਕਮਾਂਡੋ ਖੇਡ ਮੈਦਾਨ ਦੇ ਵਿੱਚ ਵਧਿਆ ਹੋਇਆ ਮਾਸਟਰ ਮੁਹੰਮਦ ਰਿਆਜ਼ ਸਾਹਿਬ ਦਾ ਸ਼ਾਗਿਰਦ ਬਹੁਤ ਹੀ ਸੋਹਣਾ ਨੌਜਵਾਨ ਪਾਕਿਸਤਾਨ ਆਰਮੀ ਨਾਲ ਤਲਕ ਆ ਹਲਕਾ ਜਿਹਾ ਝੁੱਕ ਕੇ ਪਾਉਂਦਾ ਹੋਇਆ ਕਬੱਡੀ ਮੂਰੇ ਇਕਰਾਰ ਸੰਘੇੜਾ ਜਾਨੀ ਜੱਟ ਔਰ ਵੇਖਦੇ ਆ ਮਤਲੂਬ ਵਾਲੀ ਮਤਲੂਬਾ ਇਸ ਵੇਲੇ ਮੇਰੇ ਵੀਰੋ ਜ਼ੋਰ ਅਜ਼ਮਾਉਂਦਾ ਹੋਇਆ ਆ ਦੇਖੋ ਮੁੰਡਾ ਕਹਿੰਦੇ ਮੂਰਿਓ ਆ ਹਮ ਜਾ ਕੇ ਸਾਈ ਫਾਨੇ ਦੇ ਯਤਨ ਕਰਦਾ ਸੌਰੀ
ਸ਼ਾਨ ਢਿੱਲੋਂ ਸੌਰੀ ਸ਼ਾਨ ਢਿੱਲੋਂ ਬਿਲਕੁਲ ਛਗੜਾ ਰਲਦੀਆਂ ਜੀ ਹਾਂਜੀ ਸ਼ਾਨ ਢਿੱਲੋਂ ਅਗਲੀ ਕਬੱਡੀ ਪਾਉਣ ਵਾਸਤੇ ਅਰਸਲਾਨ ਬੱਟੂ ਖੇਡ ਮੈਦਾਨ ਦੇ ਵਿੱਚ ਪਾਉਂਦਾ ਹੋਇਆ ਕਬੱਡੀ ਕੇ ਚੱਲ ਵੀ ਬੱਬਰ ਸ਼ੇਰਾ ਦੁਨੀਆ ਪੱਬਾਂ ਭਾਰ ਹੋ ਕੇ ਦੇਖਦੀ ਆ ਕਿਤੇ ਉੜਦੇ ਪੰਛੀ ਹਵਾ ਦੇ ਵਿੱਚ ਰੁਕ ਰੁਕ ਵਹਿੰਦੇ ਆ ਕਿਤੇ ਸੂਰਜ ਬੱਦਲਾਂ ਦੇ ਵਿੱਚੋਂ ਝਾਤੀ ਮਾਰ ਮਾਰ ਵੇਖਦਾ ਆ ਨੌਜਵਾਨ ਅਰਸਲਾਨ ਬੱਟੂ ਦੀ ਪਈ ਹੋਈ ਕਬੱਡੀ ਪੂਰੇ ਚਾਰ ਜਾਫੀ ਲਾਲਾ ਅਲੀ ਜ਼ਫਰ ਕੰਬੋ ਲੱਗਾ ਲਾਲੇ ਜਾਬਰ ਕੰਬੋ ਦਾ ਛੋਟਾ ਵੀਰਾ ਇਸ ਵੇਲੇ ਮੇਰੇ ਵੀਰੋ ਦਾ ਗ੍ਰਿਫਤ ਮਜ਼ਬੂਤ ਕਰ ਗਿਆ ਕਹਿੰਦੇ ਆਈ ਰੁੱਤ ਸ਼ਗੋਫਿਆਂ ਵਾਲੀ ਤੇ ਚਿੜੀਆਂ ਚੁਗਣ ਆਈਆਂ ਇਕਨਾ ਨੂੰ ਫਰ ਝੁਰੀਆਂ ਖਾਦਾ ਇਕਨਾ ਫਾਈਆਂ ਲਾਈਆਂ ਇਕਨਾ ਨੂੰ ਆਸ ਮੁੜਨ ਦੀ ਇੱਕ ਸੀਖ ਕਬਾਬ ਚੜਾਈਆਂ ਬੁੱਲਿਆ ਕੀ ਬਸ ਉਹਨਾਂ ਦਾ ਜੋ ਮਾਰ ਤਕਦੀਰ ਫਸਾਈਆਂ ਲੈ ਵੀ ਦੂਸਰੇ ਪਾਸੇ ਗਿਆ ਆਤਫ ਮੁਬੀਨ ਸਾਡੇ ਇੰਟਰਨੈਸ਼ਨਲ ਕਬੱਡੀ ਅੰਪਾਇਰ ਅਬਦੁਲ ਹਕੀਮ ਸਾਹਿਬ ਆਫ 209 ਰੇਬੇ ਉਹਨਾਂ ਦਾ ਪੁੱਤਰ ਆ ਪਹਿਲੀ ਕਬੱਡੀ ਦੇ ਉੱਤੇ ਗਿਆ ਆਤਫ ਮੁਬੀਨ ਅੱਗੇ ਮਤਲੂਬ ਅਲੀ ਮਤਲੂਬਾ ਇੱਕ ਕੰਨੀ ਤੇ ਦੂਸਰੀ ਕੰਨੀ ਦੇ ਉੱਤੇ ਨੌਜਵਾਨ ਖਿਡਾਰੀ ਟੱਚ ਮਾਰਿਆ ਆ ਮਤਲੂਬੇ ਨੂੰ ਔਰ ਪੁਆਇੰਟ ਲੈ ਕੇ ਆਤਫ ਮੁਬੀਨ ਕਾਮਯਾਬ ਕਹਿੰਦੇ ਮੈਂ ਲੱਡੂ ਵੰਡ ਦੀ ਕਚਹਿਰੀਓਂ ਆਵਾਂ ਜੇ ਪਹਿਲੀ ਪੇਸ਼ੀ ਯਾਰ ਛੁੱਟ ਜਾਏ ਮੈਂ ਲੱਡੂ ਵੰਡ ਦੀ ਕਚਹਿਰੀਓਂ ਆਵਾਂ ਜੇ ਪਹਿਲੀ ਪੇਸ਼ੀ ਯਾਰ ਛੁੱਟ ਜਾਏ ਜੀ ਪਾਰਸ ਹਾਂਜੀ ਰਾਸ਼ਦ ਜੱਟ ਅਗਲੀ ਰੇਡ ਦੇ ਉੱਤੇ ਚੱਲ ਵੀ ਜੱਟਾ ਨਨਕਾਣਾ ਸਾਹਿਬ ਕਬੱਡੀ ਕਲੱਬ ਵੱਲੋਂ ਖਿਲਾਰ ਲਈਆਂ ਬਾਹਾਂ ਝਪਟਣ ਵਾਸਤੇ ਤਿਆਰ ਹੈ ਮੂਰੇ ਚਾਰ ਸਟਾਪਰ ਹੈ ਦੇਖਦੇ ਆ ਆ ਦੇਖ ਲੱਗਾ ਅਲੀ ਜ਼ਫਰ ਲਾਲਾ ਜਾਬਰ ਕੰਬੋਦਾ ਬਾਈ ਹੈ ਨਾਲੇ ਸ਼ਗਿਰਦ ਹੈ ਪੁਆਇੰਟ ਹੋ ਗਿਆ ਰਾਸ਼ਦ ਜੱਟ ਦਾ ਆ ਗਿਆ ਜੀ ਪਾਕਿਸਤਾਨ ਦੇ ਵਿੱਚ ਸਭ ਤੋਂ ਜ਼ਿਆਦਾ ਕਬੱਡੀ ਖੇਡਣ ਵਾਲਾ ਨਾਸਰ ਪਾਸ਼ਾ ਸਾਹਿਬ ਦਾ ਛਿੰਦਾ ਦਾ ਲਾਡਲਾ ਖਿਡਾਰੀ ਆ ਗਿਆ ਮੈਦਾਨ ਦੇ ਵਿੱਚ ਸ਼ਹਿਰਾਮ ਸਾਜਦ ਭੱਟੋ ਆ ਦੇਖ ਜਰਾ ਆ ਸਪਾਈਡਰ ਮੈਨ ਲੱਗ ਗਿਆ ਜੀ ਸਪਾਈਡਰ ਮੈਨ ਅਬਦੁੱਲਾ ਫਿਰਕੇ ਪੁੱਤ ਦੇਖ ਫਿਰਕਾ ਦਾ ਜੱਫੇ ਤੇ ਖਲੋਤਾ ਜੀ ਸ਼ੇਰ ਦਾ ਇਹ ਬੱਚਾ ਤਾਂ ਸ਼ੇਰ ਦਾ ਇਹ ਪੋਤਾ ਜੀ ਇਹਦੇ ਕੋਲੋਂ ਡਰਦੇ ਨੇ ਬੜੇ ਬੜੇ ਗੱਭਰੂ ਜਿਹਨੂੰ ਵਿਰਕ ਨੇ ਫੜ ਲਿਆ ਉਹਨੂੰ ਰੱਜ ਧੋਤਾ ਜੀ ਉਹ ਤਾਰਕ ਵਾਲਿਆ ਕੁੰਡੀਆਂ ਮੁੱਛਾਂ ਆ ਤੇਰਾ ਅਬਦੁੱਲਾ ਵਿਰਕ ਚੱਲ ਗਿਆ ਜੀ ਔਰ ਟੱਕ 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 ਪੁਆਇੰਟ ਹੋ ਗਿਆ ਜੀ ਇਹ ਨਨਕਾਣਾ ਸਾਹਿਬ ਕਬੱਡੀ ਕਲੱਬ ਅੱਜ ਇਜਾਜ਼ ਪਾਰਸ ਇਹ ਅਬਦੁੱਲਾ ਵਿਰਕ ਦੀ ਵੀ ਕੈਨੇਡਾ ਟੀਮ ਵਾਸਤੇ ਸਿਲੈਕਸ਼ਨ ਹੋਈ ਆ ਇਨਸ਼ਾਅੱਲਾ ਤੁਹਾਨੂੰ ਦੱਸਾਂਗੇ ਕਿ ਕਿਹੜੇ ਕਿਹੜੇ 6 ਖਿਡਾਰੀ ਇਸ ਵਾਰੇ ਕੈਨੇਡਾ ਔਰ ਦੋ ਆਫੀਸ਼ੀਅਲ ਕੌਣ ਕੌਣ ਜਾ ਰਹੇ ਆ ਵਿਹਲੇ ਵਿਹਲੇ ਦੇ ਨਾਲ ਤੁਹਾਨੂੰ ਦੱਸੀ ਜਾਵਾਂਗੇ ਦੂਸਰੇ ਪਾਸੇ ਕਬੱਡੀ ਦੇ ਉੱਤੇ ਆਇਆ ਨੌਜਵਾਨ ਖਿਡਾਰੀ ਚਿੱਟੇ ਰੰਗ ਦਾ ਪਾਇਆ ਹੋਇਆ ਕੱਛਾ ਸਲਮਾਨ ਹਾਜੀ ਸਲਮਾਨ ਮੁਗਲ ਹਾਜੀ ਸਲਮਾਨ ਮੁਗਲ ਪਾਕਿਸਤਾਨ ਆਰਮੀ ਦੀ ਇੰਟਰ ਚੈਂਪੀਅਨਸ਼ਿਪ ਚੋਂ 1,00,000 ਰੁਪਏ ਦਾ ਇਨਾਮ ਲੈਣ ਵਾਲਾ ਹਾਜੀ ਸਲਮਾਨ ਮੁਗਲ ਆਏ ਹਾਏ ਨਾਸਰ ਪਾਸ਼ਾ ਜੀ ਕਹਿੰਦੇ ਨੇ ਫੀਤਾ 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 ਮਾਹੀ ਸਾਡਾ ਨਿੱਕਾ ਜਿਹਾ ਅਸੀਂ ਖਿੱਚ ਕੇ ਬਰਾਬਰ ਕੀਤਾ जनाब चौधरी मनीर अहमद चीमा साहब भी पूरा नजारा ले रहे हैं चल भी स्पीड स्टार ऑफ पाकिस्तान कलीमुल्ला जट दुनिया कबड्डी का सब तो तेज तरीन रेडर अगे हो गई जानी जट ना टक्कर जानी जट ते कलीमुल्ला जट पोती जट दा ਜਾਂਦਾ ਹੀ ਮੈਦਾਨਾਂ ਵਿੱਚ ਧੂੜਾ ਪੱਟਦਾ ਜਾਂਦਾ ਹੀ ਮੈਦਾਨਾਂ ਵਿੱਚ ਧੂੜਾ ਪੱਟਦਾ ਆਇਆ ਵੀ ਗੁੱਜਰਾਂ ਦਾ ਪੁੱਤਰ ਚੱਲ ਅਲੀਮ ਗੁੱਜਰ 172 ਗਾਫ ਪੇ ਫੈਸਲ ਬਿੱਲਾ ਲਾਲਾ ਬੈਦੁੱਲਾ ਕੰਬੋ ਲਾਲਾ ਅਕਰਮ ਕੰਬੋ ਦਾ ਹੈ ਸ਼ਗਿਰਦਾ ਫੈਸਲ ਬਿੱਲਾ ਹੋ ਗਏ ਟੱਚ ਆਏ ਹਾਏ ਲੱਕ ਟੁੱਟ ਜੂ ਚਰੀ ਦਾ ਟਾਂਡਾ ਘੁੱਟ ਕੇ ਨਾ ਮਰੋੜ ਵੈਰੀਆ ਜ਼ਫਰ ਚੈਨੀ ਨੇ ਬਹੁਤ ਖੂਬਸੂਰਤ ਦਾਸਨਾ ਲੱਕ ਫੜਿਆ ਔਰ ਪੁਆਇੰਟ ਲੈਣ ਦੇ ਵਿੱਚ ਦੇਖੋ ਖਾਮ ਖਾ ਜੁੜੇ ਹੋਈ ਆ ਆਏ ਦਿਨ ਛੁੱਟੀ ਦੇ ਰਹਿ ਗਏ ਥੋੜੇ ਵੇ ਮਿੱਤਰਾ ਘੁੱਟ ਘੁੱਟ ਪਾ ਜਫੀਆਂ ਦਿਨ ਛੁੱਟੀ ਦੇ ਰਹਿ ਗਏ ਥੋੜੇ ਵੇ ਮਿੱਤਰਾ ਘੁੱਟ ਘੁੱਟ ਪਾ ਜਫੀਆਂ ਪੁਆਇੰਟ ਹੋ ਗਿਆ ਇੱਕ ਵਾਰੀ ਜ਼ਫਰ ਚੈਨੀ ਦਾ ਜੀ ਜਨਾਬ ਅਗਲੀ ਰੇਟ ਤੇ ਆ ਗਿਆ ਬਿਲਾਲ ਕਮਾਂਡੋ ਪੋਲੇ ਪੋਲੇ ਪੱਪ ਧਰਦਾ ਹੋਇਆ ਮੁੰਡਾ ਮੈਦਾਨ ਦੇ ਵਿੱਚ ਆ ਦੇਖਦੇ ਆ ਮੁਰੇ ਚਾਰ ਸਟਾਪਰ ਖੜੇ ਆ ਨਨਕਾਣਾ ਸਾਹਿਬ ਦੇ ਇਧਰੋਂ ਮਿਰਜ਼ਾ ਬਚਾ ਸਾਹਿਬ ਵਾਲਾ ਨੂੰ ਫਾਈਬਰ ਵਾਲੇ ਬਿਲਾਲ ਬਦੇਸ਼ ਆਸਫ ਵਿਰਕ ਸੂਜਾ ਮਾਲਾ ਜੱਟ ਔਰ ਚੌਧਰੀ ਆਤਿਫ ਯਾਕੂਬ ਹੀਰੋ ਫਾਲੀਵੁੱਡ ਔਰ ਨੀ ਰੱਖਣ ਵਾਲੇ ਬੰਦੇਸ਼ਾ ਰਾਇਲ ਬੈਲਜੀਅਮ ਦੀ ਚੌਧਰੀ ਨਾਸਰ ਪਾਸ਼ਾ ਸਾਹਿਬ ਤੁਹਾਡੀ ਟੀਮ ਦੀ ਟੱਕਰ ਹੈ ਆ ਗਿਆ ਜੇਮਸ ਬੌਂਡ ਸ਼ੰਭੂ ਭਰੋਲੀ ਹੋਣਾ ਦਾ ਸਾਕੀ ਯਾਰ ਤਾਰਨ ਹੋਣਾ ਦਾ ਇਸ ਸਮੇਂ ਮੈਦਾਨ ਦੇ ਵਿੱਚ ਹੈ ਜੇਮਸ ਬੌਂਡ ਨਨਕਾਣਾ ਸਾਹਿਬ ਵੱਲੋਂ ਚੌਧਰੀ ਇਰਫਾਨ ਵਾਲਾ ਜਿਹਨੇ 100 ਮੱਝ ਦਾ ਦੁੱਧ ਪੀਤਾ ਹੋਇਆ ਦੇਖ ਮਾਰਿਆ ਟੱਚ ਆ ਦੇਖ ਜਰਾ ਬੈਦੁੱਲਾ ਰਾਜਪੂਤ ਅੱਜ ਤਾਂ ਬਾਈ ਵੀ ਆਇਆ ਹੋਇਆ ਮੁਹੰਮਦ ਜ਼ਬੈਰ ਆ ਮੁਹੰਮਦ ਸ਼ੌਕਤ ਦੇ ਮੁੰਡੇ ਆ ਇਹ ਪੁਆਇੰਟ ਹੋ ਗਿਆ ਸਮੇ ਜੀ ਜੇਮਸ ਬੌਂਡ ਦੇ ਖਾਤੇ ਉਹ ਆਇਆ ਚਾਚੇ ਬੂਟੇ ਦਾ ਚੀਨਾ ਕਬੂਤਰ ਭਾਗਾਂ ਵਾਲੀ ਮਾਂ ਨੇ ਜੰਮਿਆ ਇਹ ਅਨਮੋਲ ਨਗੀਨਾ ਬੁੱਤੀਆਂ ਦੇ ਵੱਲ ਉੱਡਦਾ ਆਉਂਦਾ ਜੋ ਕਬੂਤਰ ਚੀਨਾ ਹਰ ਮੈਦਾਨੇ ਚੌੜਾ ਕੀਤਾ ਇਹਨੇ ਗੁਰੂ ਦਾ ਸੀਨਾ ਪਾਰਸ ਕਰ
लगे नजर कदीना, पारस करे दुआवा रब्बा लगे नजर कदीना। जी जी हाँ जी, लो अगली कबड्डी दे उत्ते नौजवान राशिद जट खेड मैदान दे विच बोलदा होया तावा मूरे चार जाफी लाला अली जफर कंबो राशिद मलिक लो टक्कर हो गई राशिद मलिक बंदेशा रेल बेल्जियम कबड्डी क्लब दा खून खवार जाफी इस वेले मेरे वीरो रामा टक्कर दी कोशिश करदा पॉइंट जेड़ा जुड़दा होया ननकाना साहब कबड्डी क्लब दे खाते चल पी आता मोबीन मिस्टर अब्दुल हकीम साहब दा पुत्तर चौधरी शबाज अली बंदेशे दा बबर शेर इस वेले मियां आतम मोबीन पाउंदा होया कबड्डी वेखांगे कितना टक्कर हुंदी आ। आ देखो मेरे वीरो चार जाफी चपटन वास्ते बिल्कुल तैयार अकरार संघेड़ा लगा इस वेले नौजवान आसम तरड़ दा बबर शेर अकरार संघेड़ा आए हाय पॉइंट जिहड़ा मियां आतम मोबीन अपनी हिक दे उत्ते जोड़दा होया चल पे हाजी सुलेमान सुलेमान मुगल खेड मैदान दे विच पाउंदा होया कबड्डी बावां खला और चार जाफियां दे विच मेरे वीरो आ खड़ा होया दो अखां दे नाल अठ अखां दा मुकाबला वेखांगा किहदा हुंदी आ टक्कर 30 सेकंड दा दित्ता होया समां सईद पहलवान ने आ वेखो कदी खब्बे कन्नी अब्दुल्ला राजपूत जो परसों बहरीन कबड्डी कप खेड के आया होया पॉइंट लैण दे विच कामयाब होया बीते उत्थे भी इहने धूड़ां ही पट्टियां जिंदाबाद अब्दुल्ला राजपूत उत्थे बेस्ट होया मोहम्मद जबैर दा भाई उत्थे भी 6 जफे कीते ने उत्थे दीपा चक देसराज आशु चनेर हरमन चंडी होनी बहुत तगड़ी टीम सी जिथे असी खेडण गए सी आ गया बिलाल कमांडो आ भी कमांडो देखते हैं जिन्हों रब देवे तारक वाला इटली आ कुंडियां मुछा देख जरा आए जवानी तो जवानी होंदी है चौधरी खालम महमूद जट साहब कहिंदे चार दिनां दी रुत्त जवानी उट पुट जानी होंदी हर हाणी दा हाड़ है हुंदा कट्ठी ढाणी हुंदी हर एक कोले उस रुत्त दी हाणी हुंदी सब ने ही मन्या पारस रत ही राणी हुंदी रत ही राणी हुंदी मियां साहब साहब सऊदी वाले और तिन्ना कमेंटेटर्स वास्ते एक एक हजार रुपए दा इनाम जनाब चौधरी बाजवा साहब वेल डन जी मुर्शिद जेपी बाजवा आ गया सद्दाम बाजवे दा भाई आज आ लगाई आ मियां साहब सऊदी वाले और मिर्जा मजाह साहब वालों 5,000 उमर फाहत ते गुलाम अली 298 5 दिनार दे 5,000 राशिद मलिक हुण तू जफा नहीं पुत करना तां तेरी मर्जी मैं तक देख किन्ने रुपये लबाते तेरे उत्ते जनाब गुलाम अली 298 वाला धूड़ा पट और मैर फाहद वालों 5 दिनार है मियां साहब सऊदी और मिर्जा मजाहद वालों 5,000 है ओ देख कला कलीमुल्ला जट धूड़ा पट लै भाई प्रमोटर बिल्कुल नोटां दियां नहीं बोरियां खोल लईयां जनाब बिलाल कमांडो जिन्नियां भी कबड्डियां लैके आवे अब्बास जट वालों हर कबड्डी ते 1,000 रुपया जी हर कबड्डी ते 1,000 रुपया बिलाल कमांडो वास्ते चल भाई जेम्स बाउंड ऑफ पाकिस्तान चल अरसलान वट्टू पाकिस्तान वापडा नाल इस नौजवान दा तल्लुक आ अगे चीन दी कंध बनी हुई आ चार जाफी अबैदुल्ला राजपूत राशिद मलिक सैफुल्ला जट सईद जट दा वेखो की इशारा बनदा कहिंदे पॉइंट कोई मुल नहीं पैंदा कारतूस चले दा खेडां विच्चों खेड कबड्डी पर जफा कल्ले कल्ले दा जनाब चौधरी मुसद्दक रिया साहब SHO बचियाणा अहले इलाका जहांगीर दे फरजंदे अर्जमंद ने और जहांगीर नूं इह आजाज हासिल आ कि उन्हां दे सपूत जनाब चौधरी मुसद्दक रिया साहब क्राइम फाइटर पुलिस अफीसर इस वेले SHO बचियाणा अहलन व सहलन मरहबा जी आया नूं जी बाबा शफी को मना है जी बाबा जी का तवीत धागा हूं आप चला बाबा शफी को मना गया जी वेलकम वेलकम जनाब जनाब इस वे ननकाणा साहब कबड्डी क्लब भाई शंभू भरोली होनी साकी यार तारण होनी और कबड्डी जगत के महान कबड्डी प्रमोटर शहराम साजद पट्टो छोटा जहा कद वे वे कारनामे लग गया अग्यों चल शहराम साजद पट्टो शान ढिलो शान ढिलो शहराम साजद पट्टो गिट्टा फड़िया लक फड़िया आए हाय हाय गल्ला कर दिया सौखिया ते औखे पालन बोल मैं हाड़ा पानी है रब दा तू घोड़ी अगा नू टोर मैं हाड़ा पानी है रब दा तू घोड़ी अगा नू टोर कदी उत्ते कदी थल्ले कदी हुंदी मैदान विच पूरी बल्ले बल्ले कदी हुंदी मैदान विच पूरी बल्ले बल्ले जी
हाँ जी लो इस वे अगली कबड्डी चौधरी इम्तियाज श्रीमल साहब वालों हर जाफी वास्ते एक एक हजार रुपए का इनाम भाई आ जा भी जैन शान ढिलो तू अपना हजार रुपया लै जा एक हजार रुपया अब्दुल वहीद वास्ते और एक हजार रुपया मेरे वास्ते जी हौसला अफजाई का शुक्रिया हर जाफी वास्ते एक हजार रुपए का जी अजान हो रही वेल्डन जी जी आए वेल्डन चल वे मियां आती तेरा सज्जन मित्र अब्दुरमान पी पीयूपी पंजाब पुलिस वाला भी मैच देख रहा कलीमुल्ला जट का भी गूढ़ा संगी आज अब संगियां की कबड्डी देखने वास्ते अब्दुरमान ग्राउंड मौजूद चल नौजवाना मियां आती दरमियान चो निकलिया नौजवान खिलाड़ी खोच खिची वजी हुई कैंची लगते हुए जोर वजदियां हुई खिचा और कहें सफर वास्ते गड्डी चंगी रेल होंगी है चौधरी रियाज मजीद साहब कहते फिर लगी हुई कैंची सेंटर जेल होंगी है लगी हुई कैंची सेंटर जेल होंगी है हाँ अकरार सिंह हेड़े ने मारिया भी तेरा बेटा एक हजार रुपया आ गया जी जेम्स बॉन्ड हाजी अब्बास चीमा साहेब जरा देख के देख मुंडे की चढ़ाई चौधरी उजाज साहब वालों तेरा एक हजार रुपया भी हर जाफी वास्ते हाँ लाला सैफुल्ला कंबोस जी हेलो जनाब इस वे सैफुल्ला जट ने टंगया होया पाले जलालपुरी वांगू टंगया होया पॉइंट हो गया जी ये बंदेशा रॉयल बेल्जियम का मलिक राशिद जफे काका तू लाने पैसे देख ला मियां जहा साहब सऊदी वाले जनाब साडा बहुत ही सत्कारयोग भाई गुलाम अली 298 धूड़ा पट मेहर फहद और मिर्जा मजाह साहब वालों भी दिनार पांच पांच दिनार बहरी नाले और पांच पांच हजार रुपया तेरे वास्ते एक जफे का दूए पास और लाला नसीम बोदा भी है पसंदीदा रेडर है वसीम है जी कलीम इस नंबर दा राबता ना पेंडिंग रखा गया ओ टूर्नामेंट टेक्निकल कमेटी ओदा फैसला खुद करेगी चलो जी चलन दो जी जिथे शबाज अली मंदेशा होवे उथे कदी रौला नहीं पैंदा ए साले रौलियां दा इक्को ही हल शबाज अली मंदेशा जी चल जवाना वेल्डन जी आए हाय 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 डबल टच फिर कहते कोई मुल नहीं पैंदा कारतूस चले दा खेड़ा विच्चों खेड कबड्डी पर जफा कले कले दा चलो बलाल कमांडो एक हजार दी तेरी कबड्डी आ हर कबड्डी दे उत्ते तेरी ते एक हजार रुपया दिता जाना और स्टेज तो ऐलान कराया गया जनाब चौधरी इम्तियाज सलीम साहब वालों चल पई हुई कबड्डी पुट्ठी पाई जानी ने जानी जट कहते रब किसी नूं पुट्ठियां ना पावे दोवां दा तल्लक पाकिस्तान आर्मी नाल जानी जट दी पहली दफा कनेडा वास्ते सिलेक्शन हुई और खलील जट ऑफ पंजाब पुलिस उन्हां दा इशारा कि बाहर टच कर गया जानी जट कहते राम करा ना जाइए भावे दूर होवे फुट्टा दुध ना पीए भावे नूर होवे मां प्यो नूं कदी माड़ा ना आखिए भावे उन्हां च कसूर होवे ते राह जांदे नूं दिल ना दईए भावे मूंह ते लख नूर होवे हाँ जी साढ़े जफर जट साहब यूएई तो लाइव जुड़े हुए मैच का नज़ारा तकते हुए लोग कबड्डी पई हुई खेड मैदान के नौजवान हाँ जी जेबी बाजवा लाला अली जफर कंबो लगा होया और देखो जफर जट दुबई तो लाइव जुड़िया होया अकबर नज़ीर जट मोहसन जट और जनाब पीर जवेद शाह साहब इस वे नज़ारा तकते चौरी मुहम्मद अली सियान अंसर सियान चौरी इरफान असलम सियान जो बाबा मोती अली सरकार की कमेटी इस वे जनाब हैंडल करते हुए चौरी अकबर जट खूही आए चौरी जवेता जट साहब मैं सब का जनाब शुक्रिया अदा करदा चौरी खल जट साहब इनका इंतहा शुक्रिया जिन्होंने महब्बत और मेला तरतीब दिता होया कलीमुल्ला जट पॉइंट का करता होया वादा अगली कबड्डी राशद जट मेरा भाई एजाज पारस गल करेगा राशद जट मेरे वीरो कबड्डी पाने वास्ते वध्या होया देखो एक कनी ते नौ जो आ दो नंबर तो लगा मुंडा इस वे आ मेरे वीरो ढाया होया सईद पहलवान का इशारा देखना होगा राशद मले
मलिक इस वे मेरे वीर ढा के बिठा लिया कोल राशद मलिक मिर्जा मजाज साहब वालों 5000 और 5000 जनामिया जहाद साहब वालों और गुलाम अली 298 और मेहर फाद वालों 5-5 दिनार बहरीन वाले आया जफे दे इम्तियाज सलीम साहब वालों 1000 रुपया जी इम्तियाज सलीम साहब वालों 1000 रुपया बिलाल कमांडो अगली रेट दे भाई पुछया होया बिलाल कमांडो ओ देख बिचाले मुंडा लगा लाला सैफुल्ला कबो पर ओ गया ही कहंदा तेरे हाथ विच बा के मैं देवा के लज मारे मापिया दी लज गुरुआ दा शिमला रब सोना बीना दी बाहा सलामत रखे चौधरी सुफियान गिल आ गया नुकरा घोड़ा जवेद बाठा सब बंदे जा देख जरा थोड़ा लाडला आ गया ऐ समय मैदान दे विच नुकरा घोड़ा हां जी आ लगा ही आ जबैर दा भाई लगा ही आ चौधरी शबाज बंदेशा साहिब आ देखो जरा अबैदुल्ला राजपूत बहरीन दे विच मैच 6 जफे कीते बेस्ट होया मुंडा चल भी लो जी पॉइंट पोजीशन जरा साडे नाल सांझी कर दियो पॉइंट पोजीशन साडे नाल सांझी करो हाँ जी वेल्डन जी जहांगीर का मेला चौधरी अंसर सियान साहब अज वेख लो ठाठा पिया मारदा बाबा मोती वाली सरकार रहमतुल्ला ले कहिंदे जिहड़ियां गुड्डियां आपे उड्डियां ओह ना लैण उचाइयां ओहीओ गुड्डियां चंगियां उड्डियां जिहड़ियां साईयां आप उडाइयां जिहड़ियां साईयां आप उडाइयां पॉइंट पोजिशन जरा सांझी करियो जी हाँ जी हाँ लो जी 21 और 17 का साढ़े को अंकड़ा पहुंचा इस वे 17 पॉइंट है ननकाना साहब कबड्डी क्लब से शुक्रिया क्राइम फाइटर पुलिस जट चल भी जटा मैदान के इस वे रहा लगा बैदुल्ला राजपूत बहरीन कप का बेस्ट स्टॉपर नासर बादशाह साहब थोड़े सपोर्टर उसे धूड़ा पट दिया हाजी बाद चीमा साहब बैदुल्ला राजपूत ने धन धन कराई उत्थे महसूस की अल्लाह पाक इन्हां खिलाड़ियों हमेशा चोट तो महफूज रखे कहना तेरा बनूगा की भोलिया पंछिया है माली भी हो गया वल शिकारियों के दस उन्हां फुलां की राखी कौन करता उग पहन जो बाहर कटारियों के तैयब गिलानी की दुआ है सोने रब अगे सट वजे ना कदी खिडारियों के सट वजे ना कदी खिडारियों के चल वे चलबी बाजवा खूबसूरती पॉइंट लुस लुस करता पिंडा आंकड़े का करता हुआ वादा हाजी अब्बास जट साहब 257 छोटा जहांगीर फैसलाबाद इस वे जनाब साढ़े स्टेज का लारा बने हुए और चौधरी मुसद्दक साहब एसएचओ थाना बचियाना लो बलाल कमांडो भी पाई हुई कबड्डी आ देखते हैं कितना होती है टक्कर आ देखो अब्दुल्ला बिरक नहीं रिसा तेरिया वो कहते बिरक ते संडे की लत फड़ने नहीं छड़दा जिन्हें भी मेहमान बैठे आ
खुश होके जनाब अब्दुल्ला विरक नूं लाजमी नाम दिओ जी। तेई के दे तेई और इक्की दा मुकाबला और मुकाबला हो गया फिर एक बारी नहीं एदा हो गया ना बाई तेई बाई और तेई बाई और तेई पॉइंट दा मुकाबला चल जाना खबर सियाल चाहे खबर सियाल खुच पट्टी खुच पट्टी लाले लानी ताक मित्रो दा मेहनत दे नाल आंदे सारे खा के खुराक मित्रो एक पासे अंदर सी टुराला ते एक पासे सुजुकी का ला जी जनू मजा आया ताड़ी भी मारी जाओ यार ताड़ी भी पर 24 प्रभु हाय 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 ए कलमा बेग मुसलमानों ताड़ी मार दो बहुत तगड़ा अज दा इवेंट पीर जगेश शाह साहब इस वक्त तगड़ा मुकाबला होंदा होया आ देखो कहंदे अबैदुल्ला राजपूत मोहम्मद जबर राजपूत दा वीरा चौधरी शबाद अली बंदेशे दा शागिर्द है आ गुट फड़िया होया मुंडे ने अरसलान वट्टू कहंदा छड मेरी बीड़ी ना मरोड़ कदर सोनिया दा ते ना है कोजियां दा ओ कदर है ते परे होए बोझियां दा ना तू आया ते ना साडी ईद होई की फायदा होया रखे होए रोजियां दा चौरी अकबर नजीर जट चौरी मोहसिन जट और जना चौरी जफर जट यू एरी तो लाइव जुड़े हो चौरी गाजन जट सब इंस्पेक्टर पंजाब पुलिस इंशाल्लाह कल मुख मेहमान होंगे शुक्रिया राणा शाहजेब फौजी साहब यू एरी तो कबड्डी बलाल कमांडो भी इस वे हल्का या टच अब्दुल्ला विरक के नाल लुडियां पाउंदा ओ मेरे वीर असल कलोला करदी जवानी आंकड़े दा करदा होया वादा अगली गल भाई आजाद पारस चल भी नुकरा घोड़ा आ गया मैदान दे विच आ देख के मर्द मकानी ता घोड़े स्थानी मर्द ता घोड़े अपनी अपनी थां ते जचदे आ देख जरा नुकरा घोड़ा सफियान गिल आ गिल्ला देख जरा चढ़ाई घोड़े दी और चौधरी खलील जट दा फासला देख की हुंदा चौधरी खलील जट पंजाब पुलिस वाले मैच राफी देखदे इहनां दा फासला की हुंदा आ पॉइंट कहिंदे जाफलां दे खाते हो गया सैफला जट ओ नवा नवा लाणा मुंडा नवा नवा लाणा चौधरी गुलाम साहब जट साहब जनाब प्रोफेसर चनावर दा शागिर्द मुंडे दोने भाई पॉइंट कहिंदे हे सैफला ते वधिया होया के टेक ढेरियां नूं मथा छेर चल पिया किसे चौवां विचों इक नूं हथ लाउण लई आ देखो जानी जट आसम तारड़ दा बबर शेर होया मूरे आ मेरे वीरो नौजवान ननकाना साहब कबड्डी क्लब दा जाफी पर पॉइंट जिहड़ा बदेशा रैल बेल्जियम कबड्डी क्लब दे खाते बहुत ही जानदार ते शानदार मूरे चार जाफी सदके जामा अब्दुल्ला राजपूत और राशिद मलिक लाला अली जफर कमो लगा साडे भाई मोहम्मद खलील पंजाब पुलिस वाले दा इशारा के पॉइंट रेडर दे खाते आ पॉइंट अरसलान बट्टू दे खाते आ अरसलान बट्टू तू भी अपना लै जावी चल पी सोणिया अगली कबड्डी पाउण दा जी आए जानी जट हां जी पॉइंट असर राशि जट लेके जांदा होया सदके जावा चल भी बबर शेरा पा दे कबड्डी हां जी खबर सियाल ला कंदे गज चौड़ी छाती बेलना दे पुड़ा वर्गे पट हाजी अब्बास जट साहिब चौरी मनीर अहमद चीमा चेयरमैन छोटा जहांगीर आ कहंदे खबर सियाल दी कबड्डी पई होई आ आ कन्नी तो लगा छाना मुंडा इस वेले हां जी शांत लोने कहंदे रामा टकियां होईयां देखदे आ मेरे वीरो पर कहंदा फड़ा कित्थों पट नहीं आंदे काबू च छाती नहीं आंदी काबू च अगली कबड्डी पाउण वास्ते हाजी सुलेमान मुगल मेरे वीरो पाउंदा होया खेड मैदान दे विच कबड्डी सदके जावा सबर सिदक तो डोली ना पुत पंजाब दिया घर घर जावे महक तेरी फुल गुलाब दिया मथे मिट्टी च मलाउणगे तेरियां रावां दी पुत बहादुर इज्जत रख जांदे धरती मावां दी उधर वेख
कुंडिया मछाले ऐसे लोगों का पपर शेर पर पॉइंट जरा हाजी सुलेमान मुगल दे खाते ओ हाजी सुलेमान मुगल है जी चौधरी मियां मुसद्दक रियाज साहब जी ने 1 लाख रुपया आर्मी चैंपियनशिप दे तो बेस्ट रेडर दा मिलया सी ओ सुलेमान मुगल हां भाई आया कलीमुल्ला जट 205 रेबे वजीर वाला इस नौजवान दा पिंडा स्पीड स्टार ऑफ पाकिस्तान पाकिस्तान दी कबड्डी दी दुनिया सब तो तेज तरीन जापी दरमियान चो अब्दुल्ला विरक निकल के लगा दो नंबर तो उन्हें कल कामयाब नहीं होया कहंदे वेल्डन जी सद्दक रियाज साहब कहंदे दो नंबर दा बंदा भी माड़ा ते दो नंबर दा धंधा भी माड़ा दो नंबर दा धंधा भी माड़ा दो नंबर तो पकड़ने दी कोशिश कीती थी आया भी जेम्स बॉन्ड अरसलान बट्टू तेज तरीन रेडर आ बिल्कुल मोर तरह पहला पांदा फिर कन्नी तो निकल के लग्या नौजवान खिलाड़ी राशिद मलिक तेरा दा कल्ले जफा पुत्र 20000 दा आ जंदा जी जी हां जी बिल्कुल लगदे होए जोर 30 सेकंडा दा समा टक 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 करके बीत गया हां जी राशिद मलिक चौधरी गुलाम अली 298 धूड़ा पट और चौधरी अमन सर बट्टू मेहर फाद वालों 5-5 दीदार और मियां जहाद साहब वालों 5000 मिर्जा मुजाहद वालों 5000 27-38 चौधरी मोहम्मद अली सियान सानू अपडेट करते हुए 27-30 हां चौधरी साहब देखियो फायर ही उधरों होने बनेशियां दे मेरे अल्ले 27-30 दा मुकाबला भाई जनाब मियां जहाद साहब सऊदी वाले मेहर फाद साहब चौधरी गुलाम अली 298 धूड़ा पट चौधरी अमन सर बट्टू साहब मिर्जा मुजाहद आलम फाइबर वाले हां मैं राशिद मलिक तेरे पैसे मेरे कोले भाई ए जफे दे आ गया बिलाल कमांडो चल भी पुल पुल पंप धरदा जिवें जट मरदे दी सैर नूं निकलिया हुंदा और चार स्टॉपर शान ढिल्लों से ले भमीपुरी दा शिगिरदा आ लग गया करार संघेड़ा आ जानी जानी दा करार भाई जी आसम तारण दियां शानां आया आ पॉइंट हो गया बिलाल कमांडो दा नचदा डबदा पॉइंट दा वादा करदा होया अगली रेड ते आ गया फिर राशिद जट चल भी जट्टा बोल जरा धावा कहंदा सिखरां ते बोल दी जवानी जट दी एवें तारी दुनिया दीवानी जट दी बिलाल कमांडो अब्बास जट साहब को अपने पैसे ले जाके बिलाल कमांडो अपना इनाम ले जाके आयो है अली जफर लव यू आ बेटा बहुत तगड़ा स्टॉपर अली जफर तुम्हें भी है इम्तियाज सलीम साहब को अपना 1000 रुपया आ जाके आके ले जावे जफे दा हर जफे ते हर रेड दे उत्ते खामर सियाल ये इंचा जवे इंडिया दा गग्गी हुंदा कबड्डी खेडदा चल खामर सियाल मोटा जिहा शरीर पुत मोटे पट्टा नूं वेख के कहण लगा लोकी मां मैनूं पहलवान कहंदे पुत पहलवानी दा पता उदों लगदा जदों पंगे बगानियां दे नाल पैंदे फिर एक वारी फिर अरसलान बट्टू चल वेई बिल्कुल मोर तरह पहला पांदा जिथे माइया पप धरदा उथे उगदा सरू दा बूटा अग लाणी महिला नूं कुली यार दी सुरख दा झूटा राशिद मलिक पंजाब दा मान सोना जिहनूं वेख के सीना ठर जांदा खून खार जापी लेकिन मुंडे दी उंगल खड़ी पई दसदी ए कि दुध चुंघिया बूरियां दा वज़ीर पैमान पूरी इस वेले स्पोक कर रहे आ ओ खिलाड़ियां दी हौसला अफजाई कलीमुल्ला जट स्पीड स्टार ऑफ पाकिस्तान पर इंग्लैंड दी धरती दे उत्ते भी ਕਈਆਂ ਮੈਚਾਂ ਦੇ ਵਿੱਚ ਬੈਸਟ ਰੇਡਰ ਹੋ ਕੇ ਆਇਆ ਕਲੀਮੁੱਲਾ ਜੱਟ ਤੇ ਸੈਫੁੱਲਾ ਜੱਟ ਇਸ ਵੇਲੇ ਕਬੱਡੀ ਦੇ ਮੈਦਾਨ 'ਚ ਦੋਵਾਂ ਭਾਈਆਂ ਦੇ ਵੱਡੇ ਨਾਂ ਦਰਮਿਆਨ 'ਚੋਂ ਨਿਕਲ ਕੇ ਲੱਗਾ ਸ਼ਾਨ ਢਿੱਲੋਂ ਲੇਕਿਨ ਪੁਆਇੰਟ ਹੋ ਗਿਆ ਇੱਕ ਵਾਰੀ ਫੇਰ ਕਲੀਮੁੱਲਾ ਜੱਟ ਦਾ ਜੱਟ ਦੇ ਪੁਆਇੰਟ ਵੱਧਦੇ ਹੋਏ ਜੇਬੀ ਬਾਜਵਾ ਆ ਗਿਆ ਸੱਦਾਮ ਬਾਜਵੇ ਦਾ ਭਾਈ ਨਨਕਾਣਾ ਸਾਹਿਬ 300 ਪਾਕਿਸਤਾਨ ਜਾਵੀ ਮੀਆਂ ਇਮਤਿਆਜ਼ ਸਾਹਿਬ ਕੋ ਆਪਣਾ 1000 ਰੁਪਏ ਆ ਕੇ ਲੈ ਜਾ 300 ਪਾਕਿਸਤਾਨ ਬਾਬਰ ਗੁਜਰ ਦਾ ਸ਼ਗਿਰ ਦਾ ਮੁੰਡਾ ਚੌਧਰੀ ਜ਼ਬੈਰ ਗੁਜਰ ਮਿਹਨਤਾਂ ਕਰਾਉਂਦੇ ਆ ਆ ਦੇਖ ਜਿਹੜਾ ਦੇਬੀ ਬਾਜਵਾ ਸਲਾਮ ਬਾਜਵੇ ਦਾ ਭਾਈ ਆ ਦੇਖ ਆ ਲੱਗਾ ਰਾਸ਼ਦ ਮਲਿਕ ਰਾਸ਼ਦ ਮਲਿਕ 20000 ਰੁਪਇਆ ਬਣ ਜਾਂਦਾ ਆ ਦੇਖ ਜਿਹੜਾ ਡੱਕੇ ਦਾ 20000 ਹੋਰ ਹੈ 20000 ਹੋਰ ਹੈ ਆ ਜਾ ਆ ਜਾ ਆ ਦੇਖ ਮੀਆਂ ਸਾਹਿਬ ਮੈਰ ਸਾਹਿਬ ਪੁਆਇੰਟ ਹੋ ਗਿਆ ਦੇਬੀ ਬਾਜਵੇ ਦਾ ਚੌਧਰੀ ਬਿਲਾਲ ਬੰਦੇਸ਼ਾ ਸਾਹਿਬ ਚੌਧਰੀ ਆਤਫ ਯਾਕੂਬ ਚੀਮਾ ਹੀਰੋ ਆਫ ਹਾਲੀਵੁੱਡ ਚੌਧਰੀ ਨਾਸਰ ਪਾਸ਼ਾ ਹਾਜੀ ਅਬਾਸ ਚੀਮਾ ਲਾਲਾ ਨਸੀਮ ਕਬੋ ਇਸਲਾਮ ਨਗਰ ਰਾਣਾ ਜਵੇਦ ਕਾਸਰ ਬੈਲਜੀਅਮ ਆਸੇ ਭਾਈ ਦੀ ਮਿਰਜ਼ਾ ਮਜਾਹ ਸਾਹਿਬ ਪੂਰਾ ਠੱਠੇ ਦੇ ਬਿਲਾਲ ਕਮਾਂਡੋ ਚੱਲਦਾ ਜਣਾ ਆ ਲੱਗਾ ਜਾਨੀ ਜੱਟ ਹੈ ਜਾਨੀ ਜੱਟ ਕਮਾਂਡੋ ਭਾਈ ਕਿੱਥੇ ਫੜ ਹੁੰਦਾ ਕਮਾਂਡੋ ਕਿੱਥੇ ਫੜ ਹੁੰਦਾ ਪੁਆਇੰਟ ਜੋੜਦਾ ਹੋਇਆ ਬਿਲਾਲ ਕਮਾਂਡੋ ਆਪਣੀ ਟੀਮ ਦੇ ਖਾਤੇ ਭਾਈ ਜੀ ਪੁਆਇੰਟ ਪੋਜੀਸ਼ਨ ਸਾਨੂੰ ਦੱਸਣੀ ਹੈ ਪੁਆਇੰਟ ਪੋਜੀਸ਼ਨ ਸਾਨੂੰ ਅਪਡੇਟ ਕਰਨਾ ਭਾਈ ਜੀ ਸਾਹਿਬ ਨੇ ਆ ਜਿਹੜੇ ਸਾਡਾ ਸਕੋਰਰ ਭਾਈ ਹੈ ਦੱਸਿਓ ਜਰਾ 35-38 35 ਬੰਦੇਸ਼ਾ
ਜਾਂ ਰਾਇਲ ਬੈਲਜੀਅਮ 29 ਨਨਕਾਣਾ ਸਾਹਿਬ ਕਬੱਡੀ ਕਲੱਬ 6 ਪੁਆਇੰਟਾਂ ਦਾ ਫਰਕ ਹੈਗਾ ਜੁਨੀਆ 1 ਲੱਖ ਰੁਪਇਆ ਆਰਮੀ ਚੈਂਪੀਅਨਸ਼ਿਪ ਦਾ ਬੈਸਟ ਰੇਡਰ ਹੋਣ ਤੇ ਇਸ ਨੌਜਵਾਨ ਨੂੰ ਮਿਲਿਆ ਚੱਲ ਹਾਜੀ ਸੁਲਮਾਨ ਮੁਗਲ ਬਹੁਤ ਹੀ ਸਿਆਣਾ ਰੇਡ ਮਲਕ ਸੈਂਡੋ ਕੰਨੀ ਤੇ ਆਇਆ ਲੇਕਿਨ ਔਰ ਦੇਖੋ ਜਨਾਬ ਕੀ ਇਸ਼ਾਰਾ ਹੁੰਦਾ ਪੁਆਇੰਟ ਪੁਆਇੰਟ ਰੇਡਰ ਦਾ ਜੀ ਪੁਆਇੰਟ ਰੇਡਰ ਦਾ ਜਾ ਜਨਾਬ ਖਲੀਲ ਜੱਟ ਦਾ ਪੰਜਾਬ ਪੁਲਿਸ ਖੁਦ ਵੀ ਕਬੱਡੀ ਦੇ ਅੱਛੇ ਪਲੇਅਰ ਰਹੇ ਆ ਔਰ ਅੰਪਾਇਰਿੰਗ ਵੀ ਅੱਛੀ ਕਰਵਾਉਂਦੇ ਆ ਉਹਨਾਂ ਦਾ ਇਸ਼ਾਰਾ ਕਿ ਪੁਆਇੰਟ ਰੇਡਰ ਦਾ ਖਾਵਰ ਸਿਆਲ ਆ ਗਿਆ ਜਨਾਬ ਸ਼ਾਨਾ ਸਿਆਲ ਪਾਕਿਸਤਾਨ ਆਰਮੀ ਇੰਟਰਨੈਸ਼ਨਲ ਕਬੱਡੀ ਪਲੇਅਰ ਉਹਨਾਂ ਦਾ ਛੋਟਾ ਭਾਈ ਖਾਵਰ ਸਿਆਲ ਅੱਗੇ 4 ਜਾਫੀ ਆ ਬਿਲਕੁਲ ਚੀਨ ਦੀ ਕੰਧ ਬਣਾ ਕੇ ਖੜੇ ਆ 1 2 3 ਨਹੀਂ ਅਸੀਂ 4 ਆ ਭਰਾ ਜਿਹੜਾ ਚੰਗਾ ਲੱਗਦਾ ਤੂੰ ਹੱਥ ਉਸ ਨੂੰ ਲਾ ਹਲਕਾ ਪਾਏ ਸ਼ਾਨ ਢਿੱਲੋਂ ਪੁੱਤਰ ਫੜਨਾ ਕਿੱਥੋਂ ਆ ਥੱਲਿਓ ਉੱਤੋਂ ਇੱਕੋ ਜਿਹਾ ਖਾਵਰ ਸਿਆਲ ਖਾਵਰ ਸਿਆਲ ਪਿਛਾ ਹਟਵੇ ਜਵਾਨਾਂ ਨੂੰ ਮਾਣ ਜਵਾਨੀ ਦਾ ਜਵਾਨਾਂ ਨੂੰ ਮਾਣ ਜਵਾਨੀ ਦਾ ਸਾਡੇ ਅਗਲੇ ਮੈਚ ਦੇ ਮੁੱਖ ਮਹਿਮਾਨ ਮੁਹਤਰਮ ਜਨਾਬ ਮੁਸੱਦਕ ਰਿਆਜ਼ ਸਾਹਿਬ SHO ਬਚਿਆਣਾ ਮੀਆਂ ਇਮਤਿਆਜ਼ ਸਲੀਮ ਸਾਹਿਬ ਆਫ ਦਸੂਆ ਚੌਧਰੀ ਅਬਾਸ ਜੱਟ ਚੀਮਾ ਸਾਹਿਬ ਆਫ ਜਹਾਂਗੀਰ ਖੁਰਦ ਔਰ ਚੌਧਰੀ ਨਾਸਰ ਪਾਸ਼ਾ ਸਾਹਿਬ ਆਫ ਛੋਟਾ ਜਹਾਂਗੀਰ ਜੀ ਚੱਲ ਵੀ ਪੁਆਇੰਟ ਕਿੱਦੇ ਹੋ ਗਿਆ ਰਾਸ਼ਦ ਜੱਟ ਦਾ ਤਗੜਾ ਮੈਚ ਚੱਲਦਾ ਹੋਇਆ ਬਾਬਾ ਮੋਤੀਆਈ ਸਰਕਾਰ ਰਹਿਮਤੁਲਾ ਅਲੈਹ ਦੀ ਇਹ ਧਰਤੀ ਜੋ ਬੜਾ ਜਹਾਂਗੀਰ ਵੱਡੀਆਂ ਪੱਗਾਂ ਵੱਡੀਆਂ ਚਬਰਾਵਾਂ ਕਲੀਮੁੱਲਾ ਜੱਟ ਪ੍ਰੋਫੈਸਰ ਸ਼ਰਾਮ ਸਾਹਿਬ ਦਾ ਸ਼ਗਿਰਦਾ ਮੁੰਡਾ ਇੰਟਰਨੈਸ਼ਨਲ ਖਿਡਾਰੀ ਸਪੀਡ ਸਟਾਰ ਆਫ ਪਾਕਿਸਤਾਨ ਘੋੜੀਆਂ ਦਾ ਜੇਤੂ ਹੈਵੀ ਬਾਈਕਸ ਦਾ ਜੇਤੂ ਆ ਦੇਖ ਜਰਾ ਵਿਚਾਰ ਹੋਣ ਲੱਗਾ ਆਏ ਕੁੱਚ ਪੱਟੀ ਰੱਖ ਲਿਆ ਥੱਲੇ ਚੜਾਈ ਦੇਖ ਲਾਲੇ ਸੈਫੁੱਲਾ ਕੰਬੋ ਵੀ ਆ ਦੇਖ ਮਾਰਦਾ ਹੋਇਆ ਧੱਕੇ ਪੁਆਇੰਟ ਕੀ ਦਾ ਜੀ अगली रेट आ गया जेम्स बॉन्ड चल भी बबर शेरा बोल जरा धावा मैदान के लाला सैफुल्ला कंबो अपना इनाम ले जा स्टेज तो आके जनाब ਮੀਆਂ ਇਮਤਿਆਜ਼ ਸਲੀਮ ਸਾਹਿਬ ਵੱਲੋਂ ਹਾਜੀ ਅਬਾਸ ਸਾਹਿਬ ਵੱਲੋਂ ਔਰ ਦੀਗਰ ਮਹਿਮਾਨਾਂ ਵੱਲੋਂ ਆਪਣਾ ਇਨਾਮ ਲੈ ਜਾ ਵੀ ਹਾਜੀ ਮੀਆਂ ਇਮਤਿਆਜ਼ ਸਲੀਮ ਸਾਹਿਬ ਵੱਲੋਂ ਔਰ ਜੱਫੇ ਅਬਾਸ ਸਾਹਿਬ ਵੱਲੋਂ ਟੈਨਸ਼ਨ ਲੈਣੇ ਕਰ ਰਹੀ ਹੈ ਭਈਆ ਰੁਕ ਆਪਣਾ ਸਰਕਟ ਹੈ ਨਾ ਆ ਦੇਖ ਜਰਾ ਜੇਮਸ ਬੌਂਡ ਨੂੰ ਡਕਣੇ ਦੀ ਕੋਸ਼ਿਸ਼ ਕੀਤੀ ਆ ਪਰ ਜੇਮਸ ਬੌਂਡ ਪੁਆਇੰਟ ਦਾ ਵਾਅਦਾ ਕਰਦਾ ਹੋਇਆ ਕਹਿੰਦਾ ਮੈਂ ਬੁੱਲਾ ਤੇਜ਼ ਹਵਾ ਦਾ ਨਹੀਂ ਤੇਰੀ ਚੁੰਨੀ ਨਾਲ ਲਜਾਊਂਗਾ ਮੇਰੇ ਪਿੱਛੇ ਪਿੱਛੇ ਨੱਠੇਗੀ ਤੇਰੇ ਹੱਥ ਨਾ ਬਲੀਏ ਆਊਂਗਾ ਆ ਗਿਆ ਬਲਾਲ ਕਮਾਂਡੋ ਵੀ ਆ ਗਿਆ ਬਲਾਲ ਕਮਾਂਡੋ ਔਰ ਵਹੀਦ ਲੋਪੋਗੀ ਵਾਲੇ ਭਾਈ ਕੀ ਬਣਿਆ ਹਾਂਜੀ ਪੁਆਇੰਟ ਐਸਲੇ ਸਹੀਦ ਜੱਟ ਦਾ ਇਸ਼ਾਰਾ ਕਿ ਬਲਾਲ ਕਮਾਂਡੋ ਦੇ ਖਾਤੇ ਚੱਲ ਵੀ ਹਾਜੀ ਸੁਲੇਮਾਨ ਮੁਗਲ ਪਹਾੜੇ ਬੱਬਰ ਸ਼ੇਰਾ ਕਬੱਡੀ 4 ਜਾਫੀ ਵੱਢ ਖਣੇ ਬਨੇਸ਼ਾ ਰਹਿਲ ਬੈਲਜੀਅਮ ਕਬੱਡੀ ਕਲੱਬ ਦੇ ਖੜੇ ਆ ਕਿਤੇ ਸ਼ਬਾਜ ਇਲਾ ਕਿਤੇ ਸੈਫ ਜੱਟ ਵਰਗੇ ਕਿਤੇ ਅਬਦੁੱਲਾ ਰਾਜਪੂਤ ਰਾਸ਼ਦ ਮਲਕ ਆ ਦੇਖੋ ਮੇਰੇ ਵੀਰੋ ਅਸਲੇ ਰਾਸ਼ਦ ਮਲਕ ਨੇ ਗੁੱਟ ਫੜਿਆ ਹੋਇਆ ਲੇਕਿਨ ਹਾਜੀ ਸੁਲੇਮਾਨ ਮੁਗਲ ਆਪਣੇ ਆਪ ਨੂੰ ਕਲੀਅਰ ਕਰਕੇ ਵਾਪਸ ਮੰਜ਼ਲੇ ਮਕਸੂਦ ਦੇ ਵੱਲੋਂ ਕਾਮਯਾਬ ਰੇਡ ਕਰਦਾ ਹੋਇਆ ਖਾਬਰ ਸਿਆਲ ਇੱਕ ਇੱਕ ਪੱਟ ਤੇਰਾ ਸਵਾ ਸਵਾ ਮਰਦਾ ਅੱਖਾਂ ਵਿੱਚ ਅੱਖ ਪਾ ਕੇ ਇੱਕ ਜਦੋਂ ਤਣਦਾ ਜਿਹੜਾ ਤੈਨੂੰ ਵੇਖੇ ਉਹੀ ਕੰਨੀ ਪਿਆ ਭੰਨਦਾ ਤੇਰਾ ਨਹੀਂ ਉਹ ਜੋੜ ਬੱਬਰ ਸ਼ੇਰਾ ਜੱਗ ਸਾਰਾ ਮੰਨਦਾ ਸਾਡਾ ਭਾਈ ਜਾਜ ਪਾਰਸ ਦਾ ਸ਼ੇਰ ਆ ਜੋ ਬੋਲਦਾ ਹੁੰਦਾ ਨਾ ਪਲੇਅਰਾਂ ਦੇ ਸੁਲੇਮਾਨ ਸੈਫੁੱਲਾ ਹਾਏ ਹਾਏ ਲਾਲੇ ਤਨਵੀਰ ਕੰਬੋ ਦਾ ਬੱਬਰ ਸ਼ੇਰ ਸ਼ੇਰੇ ਪੰਜਾਬ ਲਾਲਾ ਬੈਦੁੱਲਾ ਕੰਬੋ ਦਾ ਛੋਟਾ ਵੀਰਾ ਐ ਸੋਹਣੇ ਲਾਲੇ ਸਗੀਰ ਦਾ ਛੋਟਾ ਭਾਈ ਲਾਲਾ ਸੈਫੁੱਲਾ ਕੰਬੋ ਮੇਰੇ ਵੀਰਿਓ ਲੱਗਾ ਹੋਇਆ ਗ੍ਰਿਫਤ ਬੜੀ ਪੱਕੀ ਹੈ ਮੁੰਡੇ ਦੀ ਔਰ ਪੁਆਇੰਟ ਲੈਣ ਦੇ ਵਿੱਚ ਕਾਮਯਾਬ ਹੋਇਆ ਆ ਜਾ ਲਾਲਾ ਇੱਕ ਵਾਰੀ ਫੇਰ ਸਟੇਜ ਤੇ ਫੇਰ ਆਇਆ ਕਿਰਸ ਤੇ ਮੀਆਂ ਇਮਤਿਆਜ਼ ਸਾਹਿਬ ਔਰ ਹਾਜੀ ਅਬਾਸ ਜੱਟ ਸਾਹਿਬ ਇਸ ਵੇਲੇ ਦੋਤਾਂ ਦੀਆਂ ਬੋਰੀਆਂ ਦੇ ਮੂੰਹ ਖੋਲ ਕੇ ਬੈਠੇ ਆ ਹਰ ਚੱਫੇ ਤੇ ਹਰ ਰੇਟ ਤੇ ਹਜ਼ਾਰ ਹਜ਼ਾਰ ਰੁਪਏ ਦੇ ਇਨਾਮਾਤ ਦੇ ਰਹੇ ਆ ਗੁੱਤਰ ਕਹਿੰਦੇ ਰਾਸ਼ਦ ਜੱਟ ਦੀ ਲੱਤ ਫੜੀ ਹੋਈ ਆ ਇਹ ਛਬਾ ਜ਼ਿਲ੍ਹੇ ਨੇ ਰਾਸ਼ਦ ਜੱਟ ਦੀ ਲੱਤ ਫੜੀ ਹੋਈ ਆ ਸਦਕੇ ਜਾਵਾਂ ਉਹ ਚੱਪਾ ਚੱਪਾ ਚਰਖਾ ਘੁੰਮਦਾ ਆ ਦੇਖੋ ਮੇਰੇ ਵੀਰੋ ਗੱਲ ਮੁਸ਼ਕਲ ਬਣੀ ਪਈ ਕਹਿੰਦੇ ਜਾਫੀ ਇੰਜ ਦਾ ਚੀੜਾ ਲੱਗਾ ਉਹ ਜਿੰਜ ਦੰਦ ਨੂੰ ਕੀੜਾ ਲੱਗਾ ਆ ਦੇਖੋ ਸ਼ਬਾਜ ਇਲਾ ਜੱਟ ਚੌਰੀ ਸ਼ਬਾਜ ਨੇ ਬਦੇ ਸ਼ੇਰਾ ਬੱਬਰ ਸ਼ੇਰ ਪੁਆਇੰਟ ਦਾ ਕਰਦਾ ਹੋਇਆ ਵਾਧਾ ਸ਼ਬਾਜ ਤੇਰਾ ਵੀ ਇਨਾਮ ਆ ਵੀ ਸਟੇਜ ਦੇ ਮੀਆਂ ਇਮਤਿਆਜ਼ ਸਲੀਮ ਸਾਹਿਬ ਔਰ ਹਾਜੀ ਅਬਾਸ ਜੱਟ ਸਾਹਿਬ ਜਹਾਂਗੀਰ ਖੋਰਦ ਵਾਲੇ ਹਾਂਜੀ ਉਹਨਾਂ ਵੱਲੋਂ ਢੇਰ ਸਾਰੇ ਇਨਾਮ ਹਰ ਜੱਫੇ ਦੇ ਹਰ ਰੇਟ ਤੇ ਮੈਂ ਅੱਜ ਤੋਂ ਬਾਅਦ ਕਰ ਦਿੰਦੇ ਹਾਲੇ ਨੂੰ 3 ਵਜੇ ਵੱਡੀ ਕੁਸ਼ਤੀ ਹੋਊ ਫਖਰੇ ਫੈਸਲਾਬਾਦ ਕਮਰੇ ਗੁਜਰ ਨਵੀਂ ਜੱਟ ਚੈਂਪੀਅਨ ਜਿਚਕਾਰ ਕੱਲ ਨੂੰ ਹੋਣ ਗਿਆ ਟੱਕਰਾਂ ਕੈਮ ਹੋ ਗਿਆ ਉਹ 3 ਵਜੇ ਬਾਈ ਮੀਆਂ ਇਮਤਿਆਜ਼ ਸਲੀਮ ਦਸੂਹੇ ਵਾਲੇ
मियां साहब चांस लाउंदा कबड्डी आ और हाजी आवाज शिवा साहब तो नासर पाशा साहब मियां मुसद्दक रियाज साहब है सचो बचाना चल भी अगली इंट आ गया अरसलान बट्टू धूरा बट्टू पिंड सदराणा चौधरी खालत दा शेर पोता है चौधरी खालत बट्टू दा शेर पोता है प्रिंस ऑफ पाकिस्तान बाबर गुजर दा शगिरद है शंभू भरोई दा माण है साकी यार तार होण दा इरफान वाले होणा दा आ गुट फड़ लिया कहंदा गुट फड़ लिया सजणा मैं तेरा ओ छडौण लई वकील कर लै ओ छडौण लई वकील कर लै ए भाई वकील करना पैणा राजपूत ने गुट फड़िया शुक्रिया जी मियां प्यार सलीम ऑफ दसूहा लव यू जी मियां साहब ट्रक भर के थोड़ू बाई व्हीलर मन गया बटुआ ओ बटुआ मन गया वेल डन जी पूरे जा दुख कट छड़ियो ओ लड्डूआ नासा फुल गईया तन तन हो गई अभी ला अगली कबड्डी कलीमुल्ला जट दी खेड मैदान दे विच बोलदा होया धावा बबर शेर देखांगे हुदन केना हुंदी आ टक्कर आ देखो मियां इम्तियाज सलीम साहिब इस वेले कलीमुल्ला जट दे अब्दुल्ला बिरक पॉइंट जड़ा कलीमुल्ला जट अपनी टीम दे खाते जोड़दा होया हाजी अब्बास जट साहब और मियां इम्तियाज सलीम साहब अज नोटा दी बरसात करदे होए चल भी हाजी सुलेमान मुगल पौंदा होया धावा खेड मैदान दे विच कितना होगी टक्कर अब्दुल्ला राजपूत खड़ा चौधरी शबाज अली बंदे शेरा बब्बर शेर बंदे शाह राजपाल जिम कबड्डी क्लब का सुपरस्टार चौरी हाथ विच गोप चीमा साहेब चौरी बलाल बंदे शाह साहेब चोट महसूस कोई हल्की जी सट महसूस की है नौजवान ने रब सोना सट्टा चोटा तो बचाए इस वे राशिद मलिक ना हुई सी टक्कर अल्लाह पाक साडे नुखरे घोड़े नु हाजी सलमान मुगलों तंदुरुस्ती बख्शे राशिद मलिक चौधरी आमर खान बट्टू वालों बहरीन तो पांच दिनार चौधरी गुलाम अली धूड़ा पट 298 दे लो पांच दिनार मैं फाह दे लो पांच दिनार मियां जात सऊदी वाले 5000 और मिर्ज़ा मजाद आलम फाइबर क्लास वाले उन्होंने 5000 रुपया ए जफे दा भाई तेरे 40000 हो गया दो जफिया दा हां राज मलिक मेरे कोले आ भाई मान अपने भी 1000 रुपया मियां इम्तियाज सलीम साहब रही सब दसुआ उन्हां लो भी 1000 रुपया हर जाफी वास्ते हर रेडर वास्ते हर पॉइंट दे मियां मियां मोहम्मद इम्तियाज सलीम ऑफ दसुआ ਉਹਨਾਂ ਨੂੰ ਰਾਸ਼ਦ ਲੈਣਾ ਚੌਧਰੀ ਨਾਸਰ ਪਾਸ਼ਾ ਸਾਹਿਬ ਤਸ਼ਰੀਫ ਰੱਖਦੇ ਹਾਜੀ ਆਵਾਜ਼ ਚੀਮਾ ਸਾਹਿਬ ਚੌਧਰੀ ਆਤਫ ਯਕੂਬ ਚੀਮਾ ਹੀਰੋ ਆਫ ਵਾਲੀਬਾਲ ਚੌਧਰੀ ਆਸਫ ਯਕੂਬ ਚੀਮਾ ਚੇਅਰਮੈਨ ਚੁੰਨਾ ਵਾਲਾ ਹੱਥ ਬਹੁਤ ਦੇਖ ਰਿਹਾ ਆਏ ਲਾਲਾ ਸਦਕੇ ਜਾਵਾਂ ਮੁੰਡਾ ਸਾਬਰ ਦੀ ਗਾਚੀਆਂ ਨੂੰ ਨਿਕਲ ਗਿਆ ਮੀਆਂ ਇਮਤਿਆਜ਼ ਸਲੀਮ ਸਾਹਿਬ ਅਬ ਦਸੂਹਾ ਹਾਂ ਰਾਸ਼ਦ ਮਲਕ ਦਾ ਨਾਮ ਜੀ ਮੀਆਂ ਇਮਤਿਆਜ਼ ਸਲੀਮ ਅਬ ਦਸੂਹਾ ਮੰਨ ਲਓ ਹਾਜੀ ਆਵਾਜ਼ ਚੀਮਾ ਸਾਹਿਬ ਵੱਲੋਂ ਵੀ ਜਨਾਬ ਸਾਡੇ ਚੌਧਰੀ ਬਿਲਾਲ ਬੰਦੇਸ਼ਾ ਉਹਨਾਂ ਦੀ ਟੀਮ ਚੱਲ ਵੀ ਅਗਲੀ ਰੇਟ ਤੇ ਅਰਸਲਾਨ ਬੱਟੂ ਸੈਫੁੱਲਾ ਜਾਟਾ ਬੈਦੁੱਲਾ ਰਾਜਪੂਤ ਹੈ ਆ ਦੇਖ ਰਹਾ ਅਸ਼ਰਫ ਮੁਹੰਮਦ ਅਸ਼ਰਫ ਦਾ ਜਵਾਕ ਮੁਹੰਮਦ ਜ਼ਬੈਰ ਦਾ ਭਾਈ ਬਹਿਰੀਨ ਕੱਪ ਦਾ ਬੈਸਟ ਸਟਾਪਰ ਅਬੈਦੁੱਲਾ ਰਾਜਪੂਤ ਹੈ ਆ ਦੇਖ ਰਹਾ ਰਾਜਪੂਤ ਨਾਲ ਹੋਈ ਟੱਕਰ ਬੱਟੂ ਤਾਂ ਰਾਜਪੂਤ ਭਾਈ ਦੋਨੇ ਪਾਕਿਸਤਾਨ ਦਾ ਮਾਣ ਹੈ ਨਵੀਂ ਨਸਲ ਵਿੱਚੋਂ ਚੋਟੀ ਦੇ ਖਿਡਾਰੀ ਪੁਆਇੰਟ ਅਰਸਲਾਨ ਬੱਟੂ ਦਾ ਹੋ ਗਿਆ ਜਨਾ ਆਏ ਹਾਏ ਹਾਏ ਆਏ ਚਪਟਣਾ ਪਲਟਣਾ ਪਲਟ ਕਰ ਜਪਟਣਾ ਲਹੂ ਗਰਮ ਰੱਖਣੇ ਕਾ ਇੱਕ ਹੈ ਬਹਾਨਾ ਅਰਸਲਾਨ ਬੱਟੂ ਸਟੇਜ ਤੇ ਆਇਆ ਦੋਵੇਂ ਬਈ ਮੀਆਂ ਇਮਤਿਆਜ਼ ਸਲੀਮ ਸਾਹਿਬ ਔਰ ਜਨਾਬ ਦੇ ਨਾਲ ਹਾਜੀ ਅਬਾਸ ਜੱਟ ਸਾਹਿਬ ਹਰ ਜੱਫੇ ਤੇ ਹਰ ਰੇਟ ਤੇ ਨੋਟਾਂ ਦੀ ਬਰਸਾਤ ਕਰ ਰਹੇ ਆ ਜ਼ਿੰਦਾਬਾਦ ਬੈਲਟਨ ਜਨਾਬ ਮੀਆਂ ਸਾਹਿਬ ਔਰ ਜੱਟ ਸਾਹਿਬ ਮੀਆਂ ਬ੍ਰਦਰ ਐਂਡ ਜੱਟ ਬ੍ਰਦਰ ਦੋਨੇ ਜਨਾਬ ਇਸ ਵੇਲੇ ਨੋਟਾਂ ਦੀ ਬਰਸਾਤ ਕਰਦਿਆਂ ਹੋਇਆ ਉਧਰ ਜੋ ਦੂਜੇ ਪਾਸੇ ਪੀਰ ਜਵੇਦ ਸ਼ਾਹ ਸਾਹਿਬ ਪੂਰਾ ਸਵਾਦ ਲੈਂਦੇ ਹੋਏ ਚੌਰੀ ਅਕਬਰ ਨਜ਼ੀਰ ਜੱਟ ਸਾਹਿਬ ਔਰ ਚੌਰੀ ਮੋਹਸਨ ਜੱਟ ਸਾਹਿਬ ਔਰ ਚੌਰੀ ਔਰਨਾਨਾ ਰਾਣਾ ਸ਼ਾਹ ਦੇ ਫੌਜੀ ਸਾਹਿਬ UAE ਔਰ ਜਨਾਬ ਚੌਰੀ ਜ਼ਫਰ ਸਾਹਿਬ ਜੋ ਦੁਬਈ ਤੋਂ ਲਾਈਵ ਜੁੜੇ ਹੋਏ ਉਧਰ ਪੁਆਇੰਟ ਇਸ ਵੇਲੇ ਹਾਜੀ ਸੁਲੇਮਾਨ ਮੁਗਲ ਨੇ ਆਪਣੀ ਟੀਮ ਦੇ ਖਾਤੇ ਜੋੜਿਆ ਢੇਰ ਸਾਰੇ ਨਾਮ ਆ ਚੌਰੀ ਅਕਬਰ ਨਜ਼ੀਰ ਜੱਟ ਸਾਹਿਬ ਵੱਲੋਂ ਮੇਰੇ ਵਾਸਤੇ ਚੌਰੀ ਮੋਹਸਨ ਜੱਟ ਸਾਹਿਬ ਵੱਲੋਂ ਲਓ ਮੋਹਦ ਅਗਲੀ ਕਬੱਡੀ ਬਲਾਲ ਕਮਾਂਡੋ ਦੀ ਖੇਡ ਮੈਦਾਨ ਦੇ ਵਿੱਚ ਪਈ ਹੋਈ ਆ ਚੱਲ ਵੀ ਲਾ ਆ ਦੇਖੋ ਚੌਰੀ ਮਨੀਰ ਅਹਿਮਦ ਚੀਮਾ ਸਾਹਿਬ ਆ ਬਲਾਲ ਕਮਾਂਡੋ ਆ ਕਹਿੰਦੇ ਸ਼ਾਨ ਢਿੱਲੋਣਾ ਮੁਕਾਬਲਾ ਕਰਦਾ ਹੋਇਆ ਪੁਆਇੰਟ ਜਿਹੜਾ ਆਪਣੇ ਕਲੱਬ ਦੇ ਖਾਤੇ ਜੋੜਿਆ ਇਸ ਨੌਜਵਾਨ ਨੇ ਬੰਦੇਸ਼ਾ ਰਾਇਲ ਬੈਲਜੀਅਮ ਕਬੱਡੀ ਕਲੱਬ ਦੇ ਖਾਤੇ ਚੱਲ ਵੀ ਰਾਸ਼ਾ ਜੱਟ ਕਹਿੰਦੇ ਰੇਤ ਦੇ ਟਿੱਬੀਆਂ ਤੇ ਪੈਂਦੀਆਂ ਨੇ ਜੋ ਡੰਡੀਆਂ ਕਾਗਜ਼ ਦੇ ਫੁੱਲਾਂ ਵਿੱਚ ਆਉਂਦੀਆਂ ਨੇ ਸੁਗੰਧੀਆਂ ਵਹਿਦ ਕਹਿੰਦਾ ਆ ਜਾ ਖੇਡ ਲੈ ਕਬੱਡੀ ਰੱਬ ਨੇ ਜੇ ਸੇਤਾ ਤੈਨੂੰ ਚੰਗੀਆਂ ਨੇ ਵੰਡੀਆਂ ਰੱਬ ਨੇ ਜੇ ਸੇਤਾ ਤੈਨੂੰ ਚੰਗੀਆਂ ਨੇ ਵੰਡੀਆਂ ਉਧਰ ਚੌਰੀ ਸ਼ਬਾਦ ਵਾਲੀ ਬੰਦੇਸ਼ਾ ਬਿਲਕੁਲ ਨੇੜੇ ਹੋ ਕੇ ਟਿਪਸ ਦੇ ਰਹੇ ਨੇ ਆ ਦੇਖੋ ਰਾਸ਼ਦ ਮਲਿਕ ਨਾਲ ਮੁਕਾਬਲਾ ਡਾਢਾ ਪਰ ਪੁਆਇੰਟ ਰਾਸ਼ਦ ਜੱਟ ਦਾ ਜੀ ਜਾਨ ਵੀ ਖਾਵਰ ਸਿਆਲ ਅਗਲੀ ਰੇਡ ਦੇ ਉੱਤੇ ਕਹਿੰਦਾ ਧਰਤੀ ਦਾ ਦਿਲ ਤੱਕ ਤੱਕ ਕਰਦਾ ਜਾ ਤੂੰ ਭਾਵੇਂ ਰੇਡ ਤੂੰ ਪੰਜਾਬੀ ਸੂਰਮਾ ਪੁੱਤਰ ਤੇਰੇ ਵਰਗਾ ਕੇਡ ਮੂੰਹ ਮਿਲਿਆ ਵਾਂਗੂ ਪਿਨੀਆਂ ਤੇਰੀਆਂ ਛਾਤੀ ਜਿਵੇਂ ਛੇੜ ਜੁੱਸਾ ਪੂਰਾ ਭਰ ਮਰਦਾਨਾ ਖੇਡ ਕਬੱਡੀ
चाना सियाल दा छोटा भाई नाले शिकंद मैच दो बार लो जी मैच खत्म ते पॉइंट पोजीशन जरा सांझी करियो जी पॉइंट पोजीशन भाई ना मतलब पॉइंट 40 41 45 और 39 और 45 39